ਬੱਚੇ ਬਹਿ ਜਾਓ, ਤੁਸੀਂ ਥੋੜ੍ਹੀ ਦੇਰ ਬਹਿ ਜਾਓ, ਫਿਰ ਮੈਚ ਬਹਿ ਜਾਓ। ਬਹੁਤ ਖੁਸ਼ੀ ਹੈ ਬੱਚਿਆਂ ਨੂੰ ਜਾਗਰਣ ਦੀ। ਸਭ ਤੋਂ ਪਹਿਲਾਂ ਸਾਰਿਆਂ ਨੂੰ ਜੈ ਮਾਤਾ ਦੀ। ਇੱਕ ਵਾਰੀ ਜੈਕਾਰਾ ਲਾ ਦਿਓ ਸਾਰੇ, ਜੈਕਾਰਾ ਸ਼ੇਰਾਂ ਵਾਲੀ ਦਾ। ਅੱਜ ਮੈਨੂੰ ਲੱਗਦਾ ਤੁਹਾਡੇ ਸਾਰੇ ਪਿੰਡ ਦੀ ਹਾਜ਼ਰੀ ਜਿਹੜੀ ਉਹ ਬੱਚਿਆਂ ਨੇ ਹੀ ਭਰਨੀ ਹੈ, ਤੇ ਮੇਰੇ ਨਾਲ ਇੱਕ ਵਾਰੀ ਸਾਰੇ ਜੈਕਾਰਾ ਲਾਓ, ਜੈਕਾਰਾ ਸ਼ੇਰਾਂ ਵਾਲੀ ਦਾ। ਸਭ ਤੋਂ ਪਹਿਲਾਂ ਬਹੁਤ ਸ਼ੁਕਰਗੁਜ਼ਾਰ ਹਾਂ ਸਾਰੇ ਪਿੰਡ ਵਾਲਿਆਂ ਦਾ, ਸਾਰੇ ਪ੍ਰਬੰਧਕਾਂ ਦਾ, ਜੱਸਾ ਜੀ USA ਤੋਂ, ਜਿਨ੍ਹਾਂ ਦੀ ਬਦੌਲਤ ਸਾਡੇ ਸਾਰਿਆਂ ਦੇ ਦਰਸ਼ਨ ਕਰਨ ਦਾ ਮੌਕਾ ਮਿਲਿਆ। ਜਿੰਨੇ ਵੀ ਕਦਮ ਤੁਸੀਂ ਚੱਲ ਕੇ ਆਏ ਮਹਾਮਾਈ ਦੇ ਦਰਬਾਰ 'ਤੇ, ਮਹਾਮਾਈ ਤੁਹਾਡਾ ਹਰ ਕਦਮ ਲੇਖੇ ਲਾਵੇ। ਜੋ ਵੀ ਮਨੋਕਾਮਨਾ ਤੁਸੀਂ ਮਨ ਦੇ ਵਿੱਚ ਲੈ ਕੇ ਆਏ, ਮਹਾਮਾਈ ਹਰ ਮਨੋਕਾਮਨਾ ਤੁਹਾਡੀ ਪੂਰੀ ਕਰੇ। ਕਿਉਂਕਿ ਸਾਵਣ ਦਾ ਮਹੀਨਾ ਚੱਲ ਰਿਹਾ ਹੈ, ਮਹਾਮਾਈ ਦਾ ਮਾਝਿੰਦ ਪੁਰਨੀ ਦਾ ਮੇਲਾ ਚੱਲ ਰਿਹਾ ਹੈ, ਉਹ ਵੀ ਤੁਹਾਨੂੰ ਮੇਲੇ ਦੀ ਭੇਟ ਵੀ ਸੁਣਾਵਾਂਗੇ, ਨਾਲ ਮਹਾਮਾਈ ਦੇ ਚਰਨਾਂ 'ਚ ਹਾਜ਼ਰੀ ਲਗਾਵਾਂਗੇ। ਇੱਕ ਵਾਰੀ ਦੋਵੇਂ ਹੱਥ ਉੱਤੇ ਕਰਕੇ ਜ਼ਰਾ ਜੈਕਾਰਾ ਲਾ ਦਿਓ ਸਾਰੇ, ਜਿਹੜੇ ਜਿਹੜੇ ਮਾਝਿੰਦ ਪੁਰਨੀ ਨੂੰ ਮੰਨਦੇ ਇੱਕ ਵਾਰ ਹੱਥ ਉੱਤੇ ਕਰੋ, ਜਿਹੜੇ ਨਹੀਂ ਮੰਨਦੇ ਬਿਲਕੁਲ ਹੱਥ ਥੱਲੇ, ਜਿਹੜੇ ਮਹਾਮਾਈ ਨੂੰ ਪਿਆਰ ਕਰਦੇ ਇੱਕ ਵਾਰ ਹੱਥ ਉੱਤੇ ਕਰਕੇ ਜੈਕਾਰਾ ਚਿੰਤਾ ਪੁਰਨੀ ਦਾ। ਹੁਣ ਕਿੰਨਾ ਕਿੰਨਾ ਨੇ ਭੇਟਾਂ ਸੁਣੀਆਂ ਮੇਰੀ, ਇੱਕ ਵਾਰ ਤਾੜੀ ਮਾਰ ਦਿਓ ਜ਼ਰਾ ਜ਼ੋਰਦਾਰ। ਜਿੰਨੀਆਂ ਭੇਟਾਂ ਤੁਸੀਂ ਰੋਜ਼ ਆਪਣੇ ਘਰਾਂ ਦੇ ਵਿੱਚ, ਆਪਣੇ ਗੱਡੀਆਂ ਦੇ ਵਿੱਚ ਸੁਣਦੇ ਹੋ, ਸਾਰੀਆਂ ਭੇਟਾਂ ਤੁਹਾਨੂੰ ਸੁਣਾ ਕੇ ਜਾਊਂਗਾ। ਮੇਰੇ ਤੋਂ ਪਹਿਲਾਂ ਬੜੇ ਅੱਛੇ ਅੱਛੇ ਕਲਾਕਾਰ ਹਾਜ਼ਰੀ ਲਵਾ ਕੇ ਗਏ ਆ, ਅਤੇ ਉਹਨਾਂ ਦੀ ਵੀ ਮਹਾਮਾਈ ਹਾਜ਼ਰੀ ਕਬੂਲ ਕਰੇ। ਆਵੇ ਜਗਾਰਾ ਸ਼ੇਰਾਂ ਵਾਲੀ ਦਾ ਦਰਬਾਰ ਕੀ ਆਵੇ। ਮੁਸ਼ਕਿਲਾਂ ਦਾ ਮਹਾਰਾਣੀ ਹੱਲ ਕਰ ਦੇ, ਉਹ ਭਾਵੇਂ ਅੱਜ ਕਰ ਦੇ ਭਾਵੇਂ ਕੱਲ ਕਰ ਦੇ, ਉਹ ਭਾਵੇਂ ਅੱਜ ਕਰ ਦੇ ਭਾਵੇਂ ਕੱਲ ਕਰ ਦੇ। ਜਿਹੜੇ ਜਿਹੜੇ ਆਪਣੀਆਂ ਮੁਸ਼ਕਿਲਾਂ ਆਪਣੇ
ਦੁੱਖੜੇ ਮਹਾਮਾਈ ਨੂੰ ਸੁਣਾਉਣ ਆਇਆ, ਜਿਹੜੇ ਅੱਜ ਸੁੱਖ ਝੋਲੀ ਵਿੱਚ ਭਰਾਉਣ ਆਇਆ, ਹੱਥ ਉੱਤੇ ਕਰਕੇ ਤਾਲੀ ਦੇ ਨਾਲ ਤੁਹਾਡੀ ਆਵਾਜ਼ ਹੋਣੀ ਚਾਹੀਦੀ ਹੈ, ਭਾਵੇਂ ਅੱਜ ਕਰ ਦੇ, ਭਾਵੇਂ ਅੱਜ ਕਰ ਦੇ, ਭਾਵੇਂ ਅੱਜ ਕਰ ਦੇ, ਭਾਵੇਂ ਕੱਲ ਕਰ ਦੇ। ਭਾਵੇਂ ਅੱਜ ਕਰ ਦੇ, ਭਾਵੇਂ ਕੱਲ ਕਰ ਦੇ।
ਦੀ ਨਿਗਾਹ ਮੇਰਦੀ ਹਜੂ
ਅੱਛਾ ਲੱਗਦਾ। ਤੁਹਾਨੂੰ ਮੇਨ ਮਾਈਕ ਸੁਣ ਰਿਹਾ, ਪਿੱਛੇ ਤੱਕ ਆਵਾਜ਼ ਆ ਰਹੀ ਹੈ ਸਹੀ? ਇੱਕ ਵਾਰ ਹੱਥ ਉੱਤ ਕਰਕੇ ਤਾੜੀ ਮਾਰ ਕੇ ਦੱਸੋ ਮੈਨੂੰ। ਥੈਂਕ ਯੂ। ਇੱਧਰ ਆਵਾਜ਼ ਆ ਰਹੀ ਹੈ ਪੂਰੀ? ਆਵੇ ਗੱਲ।
ਬੋਲਣਾ ਪੈਣਾ, ਏਦਾਂ ਹਾਜ਼ਰੀ ਨਹੀਂ ਲੱਗਣੀ। ਮਾਂ ਚਿੰਤਾਪੁਰਨੀ, ਮਾਂ ਚਿੰਤਾਪੁਰਨੀ, ਥੋੜੀ ਜਿਹੀ ਆਵਾਜ਼ ਇੱਕ ਵਾਰੀ ਹੋਰ ਜ਼ਰਾ ਉੱਚੀ। ਮਾਂ ਚਿੰਤਾਪੁਰਨੀ, ਮਾਂ ਚਿੰਤਾਪੁਰਨੀ, ਹੁਣ ਭੈਣੋ ਮੇਰੀ ਉਹ ਜ਼ਰਾ ਉੱਚੀ, ਇਹਨਾਂ ਤੋਂ ਜ਼ਿਆਦਾ ਆਵਾਜ਼ ਹੋਣੀ ਚਾਹੀਦੀ ਹੈ ਤੁਹਾਡੀ। ਮਾਂ ਚਿੰਤਾਪੁਰਨੀ, ਮਾਂ ਚਿੰਤਾਪੁਰਨੀ, ਚਲੋ ਬੱਚੇ ਹੁਣ ਜ਼ਰਾ ਇਹਨਾਂ ਨੂੰ ਪਤਾ ਲੱਗ ਜਾਏ ਜਗਰਾਤਾ ਹੋ ਰਿਹਾ। ਮਾਂ ਚਿੰਤਾਪੁਰਨੀ, ਮਾਂ ਚਿੰਤਾਪੁਰਨੀ, ਮਾਂ ਚਿੰਤਾਪੁਰਨੀ, ਜਦ ਚਿੰਤਾਪੁਰਨੀ ਨਾਲ ਸਾਡੇ ਫਿਰ ਸਾਨੂੰ ਚਿੰਤਾ
ਥੀਏਟਰ ਰਿਲੀਜ਼ ਹੋਈ ਹੈ, ਮੇਰੇ ਨਾਲ ਬੋਲਣਾ ਸਾਰਿਆਂ ਨੇ। ਆਵਾਜ਼ ਹੋਣੀ ਚਾਹੀਦੀ ਹੈ ਮੁੰਡਿਓ, ਤੁਹਾਡੀ ਥੋੜ੍ਹੀ ਜਿਹੀ ਆਵਾਜ਼ ਘੱਟ ਹੈ, ਪਤਾ ਨਹੀਂ ਕੀ ਗੱਲ। ਸਿੱਧਾਪੁਰਨੀ ਦੇ ਮੇਲੇ ਲੱਗਿਆ ਲੰਗਰ ਖਾਓ ਜੀ, ਸਿੱਧਾਪੁਰਨੀ ਦੇ ਮੇਲੇ ਲੱਗਿਆ ਲੰਗਰ ਖਾਓ ਜੀ, ਲੋਕ ਜਿਹੜੇ ਪੰਜਾਬੀ ਸਿੰਗਰ ਆ ਉਹਨਾਂ ਦੀਆਂ ਟੀ ਸ਼ਰਟਾਂ ਪਾਉਂਦੇ ਸੀ।
ਕਿ ਹੁਣ ਟ੍ਰੈਂਡ ਥੋੜ੍ਹਾ ਜਿਹਾ ਚੇਂਜ ਹੋ ਗਿਆ, ਹੁਣ ਜਗਰਾਤੇ ਵਾਲਿਆਂ ਦੀਆਂ ਵੀ ਪੈਣ ਲੱਗ ਪਈਆਂ ਵਿੱਚ, ਮੇਰੇ ਲਈ ਵੀ ਉਨੀ ਮਾਣ ਵਾਲੀ। ਇੱਕ ਹੋਰ ਆ ਜਾ, ਤੂੰ ਵੀ ਭੱਜ ਗਿਆ ਭੱਜ ਗਿਆ ਭੱਜ ਗਿਆ, ਚੰਦ ਲਾ ਲੈ ਰੋੜਾ ਜੀ। ਇਹ ਟੀ ਸ਼ਰਟਾਂ ਉਹਨਾਂ ਨੇ ਦਿੱਤੀਆਂ, ਅੱਛਾ ਕਿਹੜੇ ਨੇ ਰੋੜਾ ਸਾਹਿਬ? ਥੈਂਕ ਯੂ ਜੀ, ਤੁਸੀਂ ਦਿੱਤੀਆਂ ਟੀ ਸ਼ਰਟਾਂ? ਥੈਂਕ ਯੂ, ਤੁਸੀਂ ਆਪ ਤਾਂ ਪਾਈ ਨਹੀਂ, ਅੱਛਾ ਤੁਸੀਂ ਦਿੱਤੀਆਂ, ਥੈਂਕ ਯੂ ਜੀ, ਮਿਹਰਬਾਨੀ ਰੋੜਾ ਸਾਹਿਬ, ਮਿਹਰਬਾਨੀ। ਅਮਾਰਾ ਜਰਾ ਕੈਮਰਾ ਇਹਨਾਂ ਦੇ। ਚਿੰਤਾਪੁਰਨੀ ਦੇ ਮੇਲੇ ਲੰਘਿਆ ਲੰਗਰ ਖਾਓ ਜੀ, ਲੰਗਰ ਖਾਓ ਜੀ, ਲੰਗਰ ਖਾਓ ਜੀ, ਖਾਓ ਜੀ, ਚਿੰਤਾਪੁਰਨੀ ਦੇ ਮੇਲੇ ਲੰਘਿਆ ਖਾਓ ਜੀ, ਲੰਗਰ ਖਾਓ ਜੀ, ਪਰ ਹਾਜ਼ਰੀ ਪੂਰੀ ਭਰ ਰਿਹਾ। ਚਿੰਤਾਪੁਰਨੀ ਦੇ ਮੇਲੇ ਲੱਗਿਆ, ਚਿੰਤਾਪੁਰਨੀ ਦੇ ਮੇਲੇ ਲੱਗਿਆ, ਚਿੰਤਾਪੁਰਨੀ ਦੇ ਮੇਲੇ ਲੱਗਿਆ, ਚਿੰਤਾਪੁਰਨੀ ਦੇ ਮੇਲੇ ਲੱਗਿਆ, ਉਹ ਲੰਗਰ ਖਾ ਜੀ, ਲੰਗਰ ਖਾ ਜੀ, ਲੰਗਰ ਖਾ ਜੀ, ਚਿੰਤਾਪੁਰਨੀ ਦੇ ਮੇਲੇ ਲੱਗਿਆ, ਲੰਗਰ ਖਾਓ ਜੀ,
ਭੇਟ ਸਾਡੇ ਇੱਕ ਵਾਰ ਤਾੜੀ ਮਾਰ ਲਓ ਜਰਾ ਜ਼ੋਰਦਾਰ, ਹੱਥ ਉੱਤੇ ਕਰਕੇ ਤਾਂ ਤਾੜੀ ਇੱਕ ਵਾਰੀ ਮਾਰ ਲਓ।
ਤੁਹਾਡੀ ਆਵਾਜ਼ ਹੋਣੀ ਚਾਹੀਦੀ ਹੈ। ਸ਼ੇਰਾਂ ਵਾਲੀ ਨੂੰ ਪਸੰਦ ਕਿਵੇਂ ਆਈ, ਆਰੀ ਹੁੰਦੇ ਰਵਣ, ਸ਼ੇਰਾਂ ਵਾਲੀ ਨੂੰ ਪਸੰਦ ਕਿਵੇਂ ਆਈ, ਉਹ ਮੇਰੀ ਮਈਆ ਨੂੰ ਪਸੰਦ ਕਿਵੇਂ ਆਈ, ਮੋਹ ਕੁਝ ਬੋਲ ਚੁਣੀ
ਫਿਰ ਤੁਸੀਂ ਇੰਨਾ ਜ਼ਿਆਦਾ ਲਾਈਵ ਨੂੰ ਪਿਆਰ ਕੀਤਾ, ਲਾਈਵ ਗਾਈ ਸੀ ਮੈਂ ਇੱਕ ਵਾਰ। ਉਸ ਤੋਂ ਬਾਅਦ ਕੋਈ ਐਸਾ ਜਾਗਰਣ ਨਹੀਂ ਜਿੱਥੇ ਉਹ ਪੇਟ ਨਾ ਗਾਈ ਜਾਵੇ ਔਰ ਨਾ ਸੁਣੀ ਜਾਵੇ। ਮੇਰਾ ਖਿਆਲ ਹੈ ਤੁਹਾਨੂੰ ਨਾਲ ਮੇਰੀ ਬੋਲਣੀ ਚਾਹੀਦੀ ਹੈ। ਮਈਆ ਤੇਰੀ ਚੁੰਨੀ ਨੂੰ ਇਹੀ ਤੇ ਅਸੀਂ ਚਾਹੁੰਦੇ ਹਾਂ ਕਿ ਛੋਟੇ ਛੋਟੇ ਬੱਚੇ ਜਿਹੜੇ ਉਹ ਮਹਾਮਾਈ ਦੀਆਂ ਪੇਟਾਂ ਬੋਲਣ ਤੇ ਸੁਣਨ। ਇਹਨਾਂ ਦੇ ਦਾਦੀਏ ਨਜ਼ਾਰੇ ਲੱਗੇ, ਕਿਹਨੂੰ ਕਿਹਨੂੰ ਨਜ਼ਾਰੇ ਲੱਗੇ ਆ ਮਾਂ ਦੇ ਦਰਬਾਰ ਤੋਂ ਹੱਥ ਦੀ ਕਰਕੇ ਨਜ਼ਾਰੇ ਲੱਗੇ ਹੋਏ ਨੇ, ਨਜ਼ਾਰੇ ਲੱਗੇ ਹੋਏ। ਡਰੀ ਗਿਆ, ਪਤਾ ਨਹੀਂ ਕਿੱਥੇ ਲਾਇਆ ਮੈਨੂੰ। ਨਜ਼ਾਰੇ ਲੱਗੇ ਹੋਏ ਨੇ, ਨਜ਼ਾਰੇ ਲੱਗੇ ਹੋਏ ਆ।
ਕੈਮਰਾ ਜ਼ਰਾ ਉੱਧਰ ਘੁਮਾ ਲਿਆ ਕਰੋ ਬਾਬਾ ਜੀ, ਇਹਨਾਂ ਦੀ ਫੋਟੋ ਆਉਣੀ ਚਾਹੀਦੀ ਹੈ। ਨਜ਼ਾਰੇ ਲੱਗੇ ਹੋਏ ਨੇ, ਮੈਂ ਥੋੜ੍ਹਾ ਜਿਹਾ ਥੱਲੇ ਹੀ ਆ ਜਾਂਦਾ ਮੈਨੂੰ ਲੱਗਦਾ। ਦੋ ਮਿੰਟ ਤੁਸੀਂ ਰੁਕੋ, ਮੈਂ ਇੱਕ ਮਿੰਟ ਆ ਜਾਓ। ਨਜ਼ਾਰੇ ਲੱਗੇ ਹੋਏ ਨੇ, ਨਜ਼ਾਰੇ ਲੱਗੇ ਹੋਏ ਨੇ, ਨਜ਼ਾਰੇ ਲੱਗੇ ਹੋਏ ਨੇ। ਅਸ਼ਮਨ ਸਾਹਿਬ ਚਲੋ, ਮੇਰੀ ਉਹ ਭੈਣੋ ਪਹਿਲਾਂ ਤੁਸੀਂ ਬੋਲੋ। ਨਜ਼ਾਰੇ ਲੱਗੇ ਹੋਏ ਨੇ, ਨਜ਼ਾਰੇ ਲੱਗੇ ਹੋਏ ਨੇ, ਨਜ਼ਾਰੇ ਲੱਗੇ ਹੋਏ ਨੇ, ਨਜ਼ਾਰੇ ਲੱਗੇ ਹੋਏ। ਹੁਣ ਮੈਨੂੰ ਉੱਧਰ ਥੋੜ੍ਹਾ ਜਿਹਾ ਬਾਈ, ਬਹਿ ਜਾਓ ਸਾਰੇ, ਪਲੀਜ਼ ਬਹਿ ਜਾਓ, ਖੜੇ ਨਾ ਹੋ, ਬਹਿ ਜਾਓ ਸਾਰੇ। ਬੋਲੋ ਜੀ, ਰੁਕ ਜਾਓ ਰੁਕ ਜਾਓ ਰੁਕ ਜਾਓ, ਮੈਂ ਇੱਥੇ ਹੀ ਹਾਂ, ਇੱਕ ਮਿੰਟ ਰੁਕ। ਚਲੋ ਵੀ ਮੁੰਡਿਓ, ਤੁਹਾਡੇ ਕਰਕੇ ਮੈਂ ਆਇਆ ਥੱਲੇ, ਅਤੇ ਤੁਹਾਡੀ ਆਵਾਜ਼ ਆਉਣੀ ਚਾਹੀਦੀ ਹੈ ਬਈ, ਠੀਕ ਹੈ। ਚਲੋ ਨਜ਼ਾਰੇ, ਨਜ਼ਾਰੇ ਲੱਗੇ ਹੋਏ ਨੇ, ਨਜ਼ਾਰੇ ਲੱਗੇ ਹੋਏ ਨੇ, ਨਜ਼ਾਰੇ ਲੱਗੇ ਹੋਏ ਨੇ, ਨਜ਼ਾਰੇ ਲੱਗੇ ਹੋਏ ਨੇ। ਨਜ਼ਾਰੇ ਲੱਗੇ ਹੋਏ ਚੁੰਨੀ ਨੂੰ, ਮੈਂ ਤੁਹਾਡੇ ਕੋਲ ਹੀ ਆ ਗਿਆ ਯਾਰ।
ਤਾੜੀ ਹੋਣੀ ਚਾਹੀਦੀ ਹੈ ਜ਼ੋਰਦਾਰ, ਜਿਹਨੂੰ ਹੁਣ ਤੱਕ ਦੀ ਹਾਸ ਹੀ ਸੰਗੀ ਲੱਗੀ ਹੈ, ਜ਼ੋਰਦਾਰ ਤਾੜੀ ਹੋਣੀ ਚਾਹੀਦੀ ਹੈ। ਕਿਉਂਕਿ ਮੇਰੀ ਮਾਂ ਕੇ ਦਰਬਾਰ ਮੇ ਆਨੇ ਸੇ ਉਸਕਾ ਹਰ ਗਮ ਕਮ ਹੋਗਾ, ਮੇਰੀ ਮਾਂ ਕੇ ਦਰਬਾਰ ਮੇ ਆਨੇ ਸੇ ਉਸਕਾ ਹਰ ਗਮ ਕਮ ਹੋਗਾ। ਅਰੇ ਤਾਲੀ ਤੋ ਵਹੀ ਲੋਕ ਲਗਾਏਂਗੇ ਜਿਨਕੇ ਹਾਥੋਂ ਮੇ ਦਮ ਹੋਗਾ, ਜਿਨਕੇ ਹਾਥੋਂ ਮੇ ਦਮ ਹੋਗਾ, ਜਿਨਕੇ ਹਾਥੋਂ ਮੇ ਦਮ ਹੋਗਾ। ਹੁਣ ਇੱਕ ਤਾੜੀ ਉਹ ਲੋਕ ਲਗਾਓ ਜਿਹੜੇ ਆਪਣੇ ਮਾਂ ਬਾਪ ਨੂੰ ਪਿਆਰ ਕਰਦੇ, ਜ਼ੋਰਦਾਰ ਤਾੜੀ ਹੋਣੀ ਚਾਹੀਦੀ। ਕਿਉਂਕਿ ਸਾਂਭ ਲਓ ਮਾਪੇ, ਮਿਲੂਗਾ ਰੱਬ ਆਪੇ, ਕਿਤੇ ਭੱਜਣ ਦੀ ਲੋੜ ਨਹੀਂ, ਕਿਤੇ ਭੱਜਣ ਦੀ ਲੋੜ ਨਹੀਂ, ਕਿਤੇ ਭੱਜਣ ਦੀ ਲੋੜ ਨਹੀਂ। ਕਿਉਂਕਿ ਮੁੱਲ ਮਾਵਾਂ ਦੇ ਪਿਆਰ ਦਾ ਕੌਣ ਜਾਣੇ, ਮਾਵਾਂ ਕਈ ਕਈ ਲਾਡ ਲਡਾਉਂਦੀਆਂ ਨੇ, ਮੁੱਲ ਮਾਵਾਂ ਦੇ ਪਿਆਰ ਦਾ ਕੌਣ ਜਾਣੇ, ਮਾਵਾਂ ਕਈ ਕਈ ਲਾਡ ਲਡਾਉਂਦੀਆਂ ਨੇ। ਗਿੱਲੀ ਥਾਂ ਤੇ ਪੈਂਦੀਆਂ ਆਪ ਮਾਵਾਂ, ਸੁੱਕੀ ਥਾਂ ਤੇ ਪੁੱਤ ਨੂੰ ਪਾਉਂਦੀਆਂ ਨੇ, ਜਿਉਂਦੇ ਪੁੱਤ ਦੀ ਆਸ ਤੇ ਜੀਨ ਮਾਵਾਂ ਮਰੇ ਪੁੱਤ ਦੇ ਨਾਲ ਮਰ ਜਾਂਦੀਆਂ ਨੇ। ਉਹ ਦੁਨੀਆਂ ਵਾਲਿਓ ਮਾਵਾਂ ਦਾ ਕੀ ਕਹਿਣਾ, ਮਾਵਾਂ ਤਾਂਹੀਓ ਰੱਬ ਦਾ ਰੂਪ ਕਹਾਉਂਦੀਆਂ ਨੇ, ਤਾਂਹੀਓ ਰੱਬ ਦਾ ਰੂਪ ਕਹਾਉਂਦੀਆਂ ਨੇ, ਤਾਂਹੀਓ ਰੱਬ ਦਾ ਰੂਪ ਕਹਾਉਂਦੀਆਂ ਨੇ। ਕਿਉਂਕਿ ਮਾਂ ਇੱਕ ਉੱਚਾ ਮੰਦਿਰ ਉਹ ਲੋਕੋ ਜਿਹਨੂੰ ਰੱਬ ਵੀ ਸੀਸ ਨਵਾਵੇ, ਮਾਂ ਇੱਕ ਉੱਚਾ ਮੰਦਿਰ ਉਹ ਲੋਕੋ ਜਿਹਨੂੰ ਰੱਬ ਵੀ ਸੀਸ ਨਵਾਵੇ, ਜਿੰਨਾ ਰੱਜ ਕੀਤੀ ਮਾਪਿਆਂ ਦੀ ਸੇਵਾ ਉਹਨੂੰ ਥੋੜ ਕੋਈ ਨਾ ਆਵੇ, ਉਹਨੂੰ ਥੋੜ ਕੋਈ ਨਾ ਆਵੇ, ਉਹਨੂੰ ਥੋੜ ਕੋਈ ਨਾ ਆਵੇ। ਕਿਉਂਕਿ ਉੱਥੇ ਲੋੜ ਦੀ ਕਿੱਕਰਾਂ ਟਾਹਲੀਆਂ ਦੀ, ਉੱਥੇ ਲੋੜ ਦੀ ਕਿੱਕਰਾਂ ਟਾਹਲੀਆਂ ਦੀ ਜਿੱਥੇ ਬੋਰ ਦੀ ਸੰਗਣੀ ਛਾਂ ਹੋਵੇ, ਉੱਥੇ ਲੋੜ ਦੀ ਕਿੱਕਰਾਂ ਟਾਹਲੀਆਂ ਦੀ ਜਿੱਥੇ ਬੋਰ ਦੀ ਸੰਗਣੀ ਛਾਂ ਹੋਵੇ, ਉਹਨੂੰ ਲੋੜ ਕੀ ਤੀਰਥਾਂ ਤੇ ਜਾਵੜੇ ਦੀ, ਜਿਹਦੀ ਰੱਬ ਵਰਗੀ ਮਾਂ ਉਹਦੇ ਨਾਲ ਹੋਵੇ, ਜਿਹਦੀ ਰੱਬ ਵਰਗੀ ਮਾਂ ਉਹਦੇ ਨਾਲ ਹੋਵੇ, ਜਿਹਦੀ ਰੱਬ ਵਰਗੀ ਮਾਂ ਉਹਦੇ ਨਾਲ ਹੋਵੇ। ਸੋ ਸਾਂਭ ਲਓ ਮਾਪੇ, ਮਿਲੂਗਾ ਰੱਬ ਆਪੇ, ਕਿਤੇ ਭੱਜਣ ਦੀ ਲੋੜ ਨਹੀਂ। ਸੁਭਾਓ ਜੀ ਉਸ ਤਰ੍ਹਾਂ ਮਹਾਮਾਈ ਦੀ ਹਾਜ਼ਰੀਆਂ ਜਰਾ ਮਨੀ ਲਾਉਣਾ ਸੀ। ਇੱਕ ਬੜੀ ਪਿਆਰੀ ਭੇਟ, ਤੁਸੀਂ ਬੜਾ ਪਿਆਰ ਦਿੱਤਾ ਉਸ ਭੇਟ ਨੂੰ।
ਉਹ ਸਿਫਤ ਕਰਾਂ ਕਿਵੇਂ ਜਿੱਤੇ ਤੇਰੇ ਪਿਆਰ ਦੀ, ਸਿਫਤ ਕਰਾਂ ਕਿਵੇਂ ਜਿੱਤੇ ਤੇਰੇ ਪਿਆਰ ਦੀ, ਮਲਾਜ ਬਚਾਈ ਲਾਡਲੇ ਦੇ ਪਰਿਵਾਰ ਦੀ, ਜਦੋਂ ਦਾ ਬਣਿਆ ਗੁਲਾਮ ਮਾਂ ਉਦੋਂ ਦਾ ਮੈਂ ਬਾਜ ਕਹਿੰਦੇ ਜੈ ਮਾਤਾ ਦੀ। ਰਾਜਨ, ਸਾਜਨ, ਪ੍ਰਿਆ, ਰਜਨੀ ਕੈਨੇਡਾ ਵਾਲੇ, ਬਹੁਤ ਸਾਰਾ ਥੈਂਕ ਯੂ ਜੀ। ਆ ਜੀ, ਇੱਕ ਬੜੀ ਪਿਆਰੀ ਭੇਟ ਤੁਹਾਨੂੰ, ਨਵੀਂ ਭੇਟ ਸੁਣਾਉਂਦੇ ਹਾਂ ਜੀ। ਔਰ ਜਸ ਜੀ USA ਤੋਂ ਬਹੁਤ ਸਾਰਾ ਮਾਨ, ਉਹਨਾਂ ਦੀ ਪਰਿਵਾਰ ਬਹੁਤ ਸਾਰਾ ਮਾਨ, ਉਹਨਾਂ ਦੇ ਮਾਤਾ ਜੀ ਬਹੁਤ ਸਾਰਾ ਮਾਨ। ਮਹਾਮਾਈ ਉਹਨਾਂ ਨੂੰ ਜਲਦੀ ਠੀਕ ਕਰੇ, ਫਿਰ ਮਹਾਮਾਈ ਦੀਆਂ ਹਾਜ਼ਰੀਆਂ ਕਰਨ। ਜੈ ਮਾਤਾ ਜੀ। ਕਿਹੜਾ ਕਿਹੜਾ ਆਪਣੀ ਮਾਂ ਨੂੰ ਪਿਆਰ ਕਰਦਾ, ਇੱਕ ਵਾਰ ਤਾੜੀ ਮਾਰੋ ਜ਼ਰਾ, ਜਿਸ ਮਾਂ ਨੇ ਸਾਨੂੰ ਜਨਮ ਦਿੱਤਾ। ਜ਼ੋਰਦਾਰ ਤਾੜੀ ਆਪਣੀ ਮਾਂ ਵਾਸਤੇ ਇੱਕ ਵਾਰ, ਮਿਹਰਬਾਨੀ। ਮਦਰ ਵਾਸਤੇ ਗਾ ਰਿਹਾ ਮੈਂ, ਇੱਕ ਵਾਰੀ ਜ਼ੋਰਦਾਰ ਤਾੜੀ ਆਪਣੇ ਮਾਂ ਪਿਓ ਵਾਸਤੇ, ਹੱਥ ਉੱਤੇ ਕਰਕੇ ਜ਼ਰਾ ਤਾੜੀ ਮਾਰੋ, ਫਿਰ ਸੁਣਾਈਏ ਤੁਹਾਨੂੰ। ਔਰ ਮੇਰਾ ਖਿਆਲ ਹੈ ਬੋਲਣ ਵੀ ਮੈਂ ਪਹਿਲੀ ਜਾਂ ਦੂਜੀ ਵਾਰ ਲਗਾ ਭੇਟ, ਜੇ ਤੁਹਾਨੂੰ ਬੜੀ ਪਸੰਦ ਆਊਗੀ। ਬੀਟਸ ਆਫ ਪੰਜਾਬ ਕਰੇ ਜ਼ਰਾ ਕੈਚ, ਬਹਿ ਜਾ ਬੱਚਿਓ, ਬਹਿ ਜਾ 10 ਮਿੰਟ ਬਾਬਾ ਜੀ, ਬਹਿ ਜਾ ਇੱਥੇ, ਬਹਿ ਜਾ ਬਾਬਾ ਜੀ। ਕਾਲੀ ਮਾਤਾ ਦਾ ਸਾਧਨ ਬਾਬਾ ਜੀ ਕਿਹੜੀ। ਅੱਛਾ ਲੱਗ ਰਿਹਾ ਤੁਹਾਨੂੰ, ਇੱਕ ਵਾਰ ਤਾੜੀ ਮਾਰ ਦਿਓ, ਉਹਨਾਂ ਨੂੰ ਅੱਛਾ ਲੱਗ ਰਿਹਾ। ਥੈਂਕ ਯੂ ਜੀ, ਮਿਹਰਬਾਨੀ ਮਿਹਰਬਾਨੀ।
ਰੋਕੋ ਮੇਰੀ ਮਾਂ ਦੀਆਂ ਦੁਆਵਾਂ ਮੇਰੇ ਨਾਲ। ਇੱਕ ਵਾਰ ਆਪਣੀ ਮਾਂ ਮਾਂ ਵਾਸਤੇ ਜਰਾ ਹੱਥ ਉੱਤੇ ਕਰਕੇ ਤਾੜੀ ਆ ਜਾਓ। 1 2 3 4 ਦੰਗ ਦੰਗ ਦੜ ਦੰਗ ਦੰਗ ਦੜ ਦੰਗ ਦੰਗ ਦੜ ਦੁਆਵਾਂ ਮੇਰੇ ਨਾਲ ਨੇ।
ਲਾਈਨ ਜ਼ਰੂਰ ਸੁਣਿਓ ਸਾਰੇ। ਮਾਂ ਦੇ ਪੈਰ ਚੁੰਮ ਕੇ ਮੈਂ ਜਦੋਂ ਘਰੋਂ ਤੁਰਿਆ, ਮਾਂ ਦੇ ਪੈਰ ਚੁੰਮ ਕੇ ਮੈਂ ਜਦੋਂ ਘਰੋਂ ਤੁਰਿਆ, ਜਿਹੜੇ ਨੌਜਵਾਨ ਸਾਡੇ ਵੀਰ ਨੇ ਆਪਣੇ ਮਾਂ ਪਿਓ ਦੀ ਇੱਜ਼ਤ ਕਰਿਆ ਕਰੋ। ਮਾਂ ਪਿਓ ਤੋਂ ਵੱਡਾ ਨਾ ਹੀ ਕੋਈ ਗੁਰੂ ਹੈ, ਨਾ ਹੀ ਕੋਈ ਪੀਰ ਹੈ, ਨਾ ਹੀ ਕੋਈ ਮੰਦਰ ਹੈ, ਨਾ ਹੀ ਕੋਈ ਗੁਰਦੁਆਰਾ। ਇਹਨੇ ਆਪਣੇ ਮਾਂ ਪਿਓ ਦੀ ਇੱਜ਼ਤ ਕਰ ਲਈ। ਉਹਨੇ ਸਮਝੋ ਦੁਨੀਆਂ ਦੇ ਸਾਰੇ ਤੀਰਥ ਅਸਥਾਨਾਂ ਦੀ ਸੇਵਾ ਕਰ ਲਈ। ਜਦੋਂ ਮਾਂ ਤੋਂ ਮਾਂ ਦੇ ਮੂੰਹ ਚੋਂ ਦੁਆ ਨਿਕਲਦੀ ਹੈ ਕਿ ਬੱਚਾ ਤੈਨੂੰ ਜਿੰਦਰ ਹੈ, ਤੇਰਾ ਰੱਬ ਭਲਾ ਕਰੇ। ਮਾਂ ਪਿਓ ਤਾਂ ਹਮੇਸ਼ਾ ਦੁਆਵਾਂ ਹੀ ਦਿੰਦੇ ਆ, ਬੱਚਾ ਭਾਵੇਂ ਜਿੱਦਾਂ ਦਾ ਮਰਜ਼ੀ ਹੋਵੇ। ਤੇ ਜਦੋਂ ਅਸੀਂ ਮਾਂ ਪਿਓ ਦੇ ਪੈਰੀ ਹੱਥ ਲਾ ਕੇ ਕੋਈ ਕੰਮ ਕਰਦੇ ਹਾਂ, ਫਿਰ ਉਹਨੂੰ ਰੱਬ ਵੀ ਨਹੀਂ ਰੋਕ ਸਕਦਾ। ਇਹ ਗੱਲ ਮੇਰੀ ਯਾਦ ਰੱਖੋ। ਮਾਂ ਦੇ ਪੈਰ ਚੁੰਮ ਕੇ ਮੈਂ ਜਦੋਂ ਘਰੋਂ ਤੁਰਿਆ, ਮਾਂ ਦੇ ਪੈਰ ਚੁੰਮ ਕੇ ਮੈਂ ਜਦੋਂ ਘਰੋਂ ਤੁਰਿਆ, ਥੋੜਾ ਜਿਹਾ ਰੁਕ ਜਾਇਆ ਕਰੋ ਬਾਬਾ ਜੀ ਪਲੀਜ਼, ਥੈਂਕ ਯੂ। ਮਾਂ ਪਿਓ ਵਾਸਤੇ ਜ਼ੋਰਦਾਰ ਤਾੜੀ ਮਾਰੋ। ਫੋਟੋ ਕਰ ਦਿਓ ਬਾਬਾ ਜੀ ਫੋਟੋ। ਕੈਮਰੇ ਵਾਲੇ ਕਿੱਧਰ ਗਏ ਜੀ? ਬਾਬਾ ਜੀ ਆਓ। ਪੰਜਾਬ ਬਹੁਤ ਸੋਹਣੀਆਂ ਰੀਲਾਂ ਤੁਸੀਂ ਸ਼ੇਅਰ ਕੀਤੀਆਂ, ਕੌਣ ਕਰਦਾ ਤੁਹਾਡੇ 'ਚ, ਕੌਣ ਕ੍ਰੀਏਟ ਕਰਦਾ ਰੀਲ? ਸ਼ਰਮਾ ਜੀ ਕਿਹੜੇ ਨੇ? ਅੱਛਾ, ਤੁਹਾਡੇ ਬ੍ਰਾਹਮਣ ਭਰਾ ਨੇ। ਥੈਂਕ ਯੂ ਬ੍ਰਦਰ, ਥੈਂਕ ਯੂ। ਮਹਾਦੇਵ ਦੇ ਭਗਤ ਕਿਹੜੇ ਕਿਹੜੇ ਆ ਜੀ? Oh,
ਸਾਰੇ ਪਿੰਡ ਵਾਲੇ ਬਹੁਤ ਸਾਰਾ ਮਾਣ ਬਹੁਤ ਪਿਆਰ ਦੇ ਰਹੇ, ਬਹੁਤ ਸ਼ੁਕਰਗੁਜ਼ਾਰ ਹਾਂ ਜੀ, ਮਿਹਰਬਾਨੀ।
ਯੂ ਬ੍ਰਦਰ, ਥੈਂਕ ਯੂ। ਇਹਨਾਂ ਨੇ ਬਹੁਤ ਯੋਗਦਾਨ ਪਾਇਆ ਜਗਰਾਤੇ 'ਚ। ਮਹਾਮਾਈ ਇਹਨਾਂ ਦੀ ਜਿਹੜੀ ਕਮਾਈਆਂ ਨੂੰ ਦਿਨ ਦੁੱਖ ਦੀ ਰਾਤ ਚੌਰ ਨੇ ਕਰਕੇ ਬਖਸ਼ਿਆ। ਥੈਂਕ ਯੂ। ਬੰਬ ਬੰਬ
ਬੋਲੇ ਬੋਲ ਸ਼ੰਕਰ ਭਗਵਾਨ ਕੀ। ਤੁਹਾਡੀ ਕੋਈ ਫਰਮਾਇਸ਼ ਹੋਵੇ ਦੱਸ ਦਿਓ, ਲਾਸਟ ਦੋ ਭੇਟਾਂ ਹੋਰ ਮਹਾਮਾਈ ਦੇ ਦਰਬਾਰ ਦੇ। ਥੈਂਕ ਯੂ ਬਹੁਤ ਸਾਰਾ ਪਿਆਰ, ਛੋਟੇ ਛੋਟੇ ਬੱਚੇ ਬਹੁਤ ਸਾਰਾ ਮਾਣ। ਆ ਜਾਓ ਥੱਲੇ ਹੁਣ ਪਲੀਜ਼, ਲਾਸਟ ਦੋ ਮਿੰਟਾਂ ਮਹਾਮਾਈ ਦੇ ਦਰਬਾਰ ਤੇ। ਤੁਹਾਡੀ ਕੋਈ ਫਰਮਾਇਸ਼ ਮੁੰਡਿਓ, ਮੇਲਾ ਚਿੰਤਾਪੁਰਨੀ ਦਾ ਤੁਸੀਂ ਕਿਹੜੀ ਕਹਿ ਰਹੇ? ਠੰਡੀ ਠੰਡੀ ਚੱਲਦੀ ਵਾ ਮਹਾਂਦੇਵ ਸੁਣਾ ਦੇ ਦਿੱਤੀ ਉਹ ਕਾਲੀ ਮਾਤਾ ਦੀ ਲਾਸਟ ਦੇ ਸਾਥ ਬਾਬਾ ਮਿਹਰਬਾਨੀ ਅਮੀ ਨੇ ਇਹ ਮਾਂ ਦੇ ਹੀ ਇਹ ਸਾਥ ਫੋਟੋ ਇੱਕ ਵਾਰੀ ਕਰਾ ਲਓ ਪਲੀਜ਼। ਪੇਟ ਸੀ ਦੋ ਮਾਵਾਂ, ਜਦੋਂ ਮੈਂ ਟਾਈਟਲ ਰੱਖਿਆ ਦੋ ਮਾਵਾਂ ਤੇ ਲੋਕਾਂ ਦਾ ਮੈਸੇਜ ਆਇਆ ਭਾਜੀ ਇਹਦਾ ਮਤਲਬ ਕੀ ਦੋ ਮਾਵਾਂ, ਮਾਂ ਤੇ ਇੱਕ ਹੀ ਹੈ? ਮੈਂ ਕਿਹਾ ਨਹੀਂ, ਸਾਡੀ ਇੱਕ ਨਹੀਂ, ਸਾਡੀ ਦੋ ਮਾਵਾਂ ਨੇ। ਉਹ ਕਿਹੜੀਆਂ ਕਿਹੜੀਆਂ? ਚੁੱਕ ਕੇ ਸੁੱਕੀ ਥਾਂ ਤੇ ਪਾਇਆ ਏ, ਦੂਜੀ ਨੇ ਐਸੀ ਕਿਰਪਾ ਕੀਤੀ ਨਾ ਦੁਨੀਆਂ ਵਿੱਚ ਚਮਕਾਇਆ ਏ। ਦੇਣ ਦੋਵਾਂ ਦਾ ਦੇ ਨਹੀਂ ਸਕਦਾ ਭਾਵੇਂ ਲੱਖਾਂ ਯਤਨ ਕਰਾਂ, ਇੱਕ ਜਿਹਨੇ ਜਨਮ ਦਿੱਤਾ ਤੇ ਦੂਜੀ ਚਿੰਤਾ ਪੂਰਨੀ ਮਾਂ।
ਇੱਕ ਜਿਹਨੇ ਜਨਮ ਦਿੱਤਾ ਤੇ ਦੂਜੀ ਮੇਰਾ ਵਾਲੀ ਮਾਂ ਉਂਗਲੀ ਫੜ ਕੇ ਮਾਂ ਮੇਰੀ ਨੇ ਚੱਲਣਾ ਦੱਸਿਆ ਮੈਨੂੰ ਮੁਸ਼ਕਿਲ ਵੇਲੇ ਮਈਆ ਦਾ ਡਰ ਮੱਲਣਾ ਦੱਸਿਆ ਮੈਨੂੰ ਮਾਂ ਆਪਣੀ ਦੀ ਮਿਹਨਤ ਨਾਲੇ ਮੁੱਲਣਾ ਤਾਰ ਸਕਾ ਇੱਕ ਜਿਹਨੇ ਜਨਮ ਦਿੱਤਾ ਤੇ ਦੂਜੀ ਸ਼ੇਰਾਂ ਵਾਲੀ ਮਾਂ ਇਹ ਬੜਾ ਖੂਬਸੂਰਤ ਸ਼ੇਰ ਹੈ ਕਦਰ ਕਰਾਂ ਤੇਰੇ ਅਹਿਸਾਨਾਂ ਦੀ ਮੈਂ ਮਾਤਾ ਰਾਣੀ ਕਿੱਥੋਂ ਉੱਠ ਕੇ ਪਹੁੰਚਿਆ ਕਿੱਥੇ ਮਾਂ ਜਾਣੇ ਸਾਰੀ ਕਹਾਣੀ ਉਹ ਮਨੀ ਚਿੱਤਣ ਦੀ ਆਦਤ ਪੈ ਗਈ ਕਿੱਦਾਂ ਦੱਸ ਹਰਾ ਇੱਕ ਜਿਹਨੇ ਜਨਮ ਦਿੱਤਾ ਤੇ ਦੂਜੀ ਸ਼ੇਰਾਂ ਵਾਲੀ ਮਾਂ ਇੱਕ ਜਿਹਨੇ ਜਨਮ ਦਿੱਤਾ ਤੇ ਦੂਜੀ ਚਿੰਤਾਪੁਰਨੀ ਸਭਨਾ ਤੇ ਉਪਕਾਰ ਮਾਂ ਚਿੰਤਾਪੁਰਨੀ ਦਾ ਰੋਜ਼ ਨਵਾਂ ਸ਼ਿੰਗਾਰ ਮਾਂ ਚਿੰਤਾਪੁਰਨੀ ਦਾ ਹਾਏ ਹਾਏ ਆਵੇ ਤੁਹਾਡੇ ਵਿੱਚੋਂ ਚਿੰਤਪੁਰਨੀ ਦਰਬਾਰ ਕਿਹੜੇ ਕਿਹੜੇ ਗਏ ਸਾਰੇ ਹੀ ਗਏ ਹੋਣੇ ਤੁਸੀਂ ਦੇਖਿਆ ਹੋਣਾ ਹਰ ਵਾਰ ਚਾਹੇ ਤੁਸੀਂ ਸਾਲ ਦੇ ਵਿੱਚ 10 ਵਾਰ ਜਾਓ ਚਾਹੇ ਮਹੀਨੇ 'ਚ 2 ਵਾਰ ਜਾਓ ਹਰ ਵਾਰ ਸ਼ਿੰਗਾਰ ਮਹਾਮਾਈ ਦਾ ਅਲੱਗ ਹੁੰਦਾ ਅਤੇ ਉਸਦੇ ਉੱਤੇ ਭੇਟ ਮਹਾਮਾਈ ਦੀ ਬਣਾਈ ਸੀਗੀ ਸਭਨਾ ਤੇ ਉਪਕਾਰ ਮਾਂ ਚਿੰਤਾਪੁਰ ਨੀ ਦਾ ਸਭਨਾ ਤੇ ਉਪਕਾਰ ਮਾਂ ਚਿੰਤਾਪੁਰ ਨੀ ਦਾ ਰੋਜ਼ ਨਵਾਂ ਸ਼ਿੰਗਾਰ ਮਾਂ ਚਿੰਤਾਪੁਰ ਨੀ ਦਾ ਆਵੇ
ਰੋਜ਼ ਨਵਾਂ ਸ਼ਿੰਗਾਰ ਮਜਿੰਦਾ
ਤੁਹਾਡੇ ਵਾਸਤੇ ਕਹਿ ਰਹੇਗਾ Yeah.
ਲਾ ਸਾਜ਼ਰੀ ਮਹਾਕਾਲੀ ਦੀ। ਡੰਕਾ ਬਾਜੇ ਘੱਟ ਬਾਜੇ ਇੱਕ ਮਹਾਕਾਲੀ ਦੀ ਸੁਣਾਰੀ ਹੈ ਕਿ ਜਾਂ ਸਦਾ ਹੀ ਹਾਂਜੀ ਮਹਾਦੇਵ ਹੁਣ ਇੱਕੋ ਫੋਟੋ ਜਲਦੀ ਕਰਾ ਲਓ ਪਲੀਜ਼ ਸਰ। ਹਾਂ ਮਾਤ ਮੇਰੀ ਕਾਲੀ ਦਾ
ਹੈ। ਠੰਡੀ ਠੰਡੀ ਚੱਲਦੀ ਵਾ ਇੱਕ ਪੇਟ ਲਾਸਟ ਜਿਹੜੀ ਤੁਸੀਂ ਬੋਲ ਪਲੀਜ਼। ਮੈਂ ਵਿੱਚ ਸੁਣਾ ਦੂੰਗਾ ਮੇਰੇ ਸ਼ੰਕਰ ਦਾ ਵਿਆਹ ਚੜਿਆ ਹੈ ਸਾਨੂੰ ਚਾਹ ਆ ਵੀ ਹੁਣ ਸਾਰੇ ਹੀ ਉੜ ਜਾਓ ਕਹੋ ਜੀ ਖੱਟ ਵਾਲੇ ਉਹ ਸੁਣਾ ਦਿੰਦਾ ਵਿੱਚ ਮੈਂ ਸੁਣਾ ਦੂੰਗਾ। ਇੱਕ ਵਾਰੀ ਉੱਠੋ ਤੁਸੀਂ ਹੁਣ ਸਾਰੇ ਕੋਈ ਦੇਖੋ 2 ਘੰਟੇ ਤੋਂ ਜ਼ਿਆਦਾ ਹੋ ਗਿਆ ਤੁਸੀਂ ਆਰਾਮ ਨਾਲ ਬਹਿ ਕੇ ਸੁਣ ਲਿਆ ਹੁਣ ਸਾਰੇ ਉੱਠੋ ਕੋਈ ਐਸਾ ਨਾ ਹੋਵੇ ਜਿਹੜਾ ਨਾ ਉੱਠੇ ਔਰ ਜਿਹੜਾ ਨਾ ਭੰਗੜਾ ਪਾਵੇ ਮਹਾਮਾਈ ਦੇ ਦਰਬਾਰ ਉਹਦਾ ਫੈਮਿਲੀ ਉੱਠੋ ਜ਼ਰਾ ਉੱਠ ਦੋ ਤੁਸੀਂ ਵੀ ਸਾਰੇ ਜਿੰਨੇ ਬੇਟੀਆਂ ਭੈਣਾਂ ਉੱਠੋ ਪਿੱਛੇ ਵਾਲੇ ਇੱਧਰ ਵੀ ਇੱਧਰੋਂ ਸਾਰੇ ਕੋਈ ਐਸਾ ਨਾ ਹੋਵੇ ਜਿਹੜਾ ਨਾ ਉੱਠੇ ਜਿਹਨੂੰ ਜਗਰਾਤੇ ਦੀ ਖੁਸ਼ੀ ਹੈ ਉਹ ਉੱਠ ਜਾਓ ਜਿਹਨੂੰ ਨਹੀਂ ਖੁਸ਼ੀ ਉਹ ਬੈਠੇ ਰਹੋ। ਤੁਸੀਂ ਵੀਡੀਓ ਵੂਡੀਓ ਵੀ ਬਣਾਉਂਦੇ ਨਾਲ ਕੁਛ ਰੀਲ 'ਤੇ ਪਤਾ ਨਹੀਂ ਤੁਸੀਂ ਹੈ ਕਿ ਇੱਦਾਂ ਇਹੀ ਹੈ ਮੇਰ ਤਾਂ ਨਾ ਬੜੀ ਹੱਦ ਤੱਕ ਲਾਉਂਦੇ ਤੁਸੀਂ ਬੜੇ ਹਾਸੇ ਪਾਉਂਦੇ ਹੋਈ ਨਾ ਅੱਛਾ ਉਤਾਰ ਥੈਂਕ ਯੂ ਸਾਡੀ ਵੀ ਬਣਾਇਆ ਕਰੋ ਵੀਡੀਓ ਕੋਈ ਨਹੀਂ 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 ਇਹਦੀ ਵੀਡੀਓ ਬਣਾ ਦਿਓ ਇਹਦੇ ਵਿਚਾਰ ਦਾ ਬਹੁਤ ਜ਼ੋਰ ਲੱਗਾ ਅੱਜ ਇੱਕ ਵਾਰੀ ਇਹਦੇ ਵਾਸਤੇ ਜ਼ੋਰ ਦਰਦਾ ਪਲੀਜ਼ ਤੁਹਾਡੇ ਪਿੰਡ ਦੇ ਵਿੱਚ ਜਿਹੜਾ ਤੁਹਾਡੇ ਪਿੰਡ ਦੇ ਵਿੱਚ ਆ ਗਿਆ ਉਹ ਤੁਹਾਡਾ ਮਹਿਮਾਨ ਹੈ ਛੋਟਾ ਭਰਾ ਇੱਕ ਵਾਰ ਜ਼ੋਰ ਦਰਦਾ ਜੀ ਥੈਂਕ ਯੂ ਹੁਣ ਇਹਨੂੰ ਤੁੜਕੋ ਤੂੰ ਲੈ ਕੇ ਆਇਆ ਕਰੇਗਾ ਕਿਹਦੇ ਨਾਲ ਆਇਆ ਕਰਨਾ ਇਹ ਪਤਾ ਲੈਣਾ ਸਭ ਨੂੰ ਅੱਜ ਬੁਲਾਲਾ ਉਹ ਮੇਰੇ ਭੋਲੇ ਦਾ
Let's go.
किशोरी कुछ ऐसा इंतजाम हो जाए, ਛੋਟਾ ਸਮਝ ਕੇ ਮਾਫ਼ ਕਰਨਾ, ਬਹੁਤ ਸ਼ੁਕਰ ਗੁਜ਼ਾਰ ਹਾਂ ਸਾਰੇ ਪ੍ਰਬੰਧਕਾਂ ਦਾ, ਜਸ ਜੀ USA ਤੋਂ ਔਰ ਸਰਪੰਚ ਸਾਹਿਬ, ਪੂਰੇ ਮੈਂਬਰ ਜਿੰਨੇ ਵੀ ਸਾਡੇ ਭਾਜੀ, ਥੈਂਕ ਯੂ ਬ੍ਰਦਰ। ਜ਼ਿੰਦਗੀ ਰਹੀ ਤਾਂ ਫਿਰ ਮਿਲਾਂਗੇ। ਜਿੰਨੀਆਂ ਭੇਟਾਂ ਤੁਸੀਂ ਸੁਣੀਆਂ ਸਾਰੀਆਂ ਯੂਟਿਊਬ 'ਤੇ ਹੈਗੀਆਂ, ਔਰ ਸਾਡੀ ਕੱਲ੍ਹ ਭੇਟ ਆਈ ਹੈ ਮੇਲਾ ਚੰਦਾ ਪੁਰਨੀ ਦਾ 2, ਉਹਨੂੰ ਜ਼ਰੂਰ ਪਿਆਰ ਦਿਓ। ਥੈਂਕ ਯੂ ਸੋ ਮਚ। ਜੈ ਮਾਤਾ ਦੀ, ਜੈ ਮਾਤਾ ਦੀ, ਜੈ ਮਾਤਾ ਦੀ, ਜੈ ਮਾਤਾ। ਡਿੰਪੀ ਸਾਊਂਡ ਇੱਕ ਵਾਰ ਜ਼ੋਰਦਾਰ ਤਾੜੀਆਂ, ਡਿੰਪੀ ਸਾਊਂਡ ਇੱਦਾਂ ਨਹੀਂ, ਜ਼ੋਰਦਾਰ ਤਾੜੀਆਂ ਹੋਣੀਆਂ ਚਾਹੀਦੀਆਂ। ਥੈਂਕ ਯੂ, ਥੈਂਕ ਯੂ ਭਾਜੀ, ਜੈ ਮਾਤਾ।